ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰੀਰ 'ਚ ਦਮ ਨਹੀਂ ਹੈ ਲੱਗ, ਤਈਓਂ ਫਤਿਹ ਦਾ ਜਵਾਬ ਦਿੰਦਾ ਹੈ। ਇੱਥੇ ਹੋ ਕੇ ਗਏ ਹੋ ਕਿਤੇ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਚੇਤ ਰਿਹਾ ਗੁਰੂ ਭਾਈ ਸਾਹਿਬਾਂ ਕੋਲ ਆਏ ਹੋ, ਗੁਰੂ ਸਾਹਿਬਾਂ ਕੋਲ ਅਸੀਂ ਅਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ ਲੈਣੀਆਂ। ਜਿੱਤਲੇ ਫਲ ਮਨ ਬਾਂਛੀਏ, ਤਿੱਤਲੇ ਸਤਿਗੁਰ ਪਾਸ। ਅਤੇ ਤਦ ਹੀ ਪ੍ਰਾਪਤ ਹੋਣਗੇ ਜੀ, ਅਸੀਂ ਸੁਰਤੀ ਆਪਣੀ ਟਿਕਾ ਕੇ ਰੱਖਾਂਗੇ। ਬਾਕੀ ਮੈਨੂੰ ਸੈਕਟਰੀ ਸਾਹਿਬ, ਗੁਰਦੁਆਰਾ ਸਾਹਿਬ ਦੀ ਸਮੂਹ ਕਮੇਟੀ, ਪ੍ਰਧਾਨ ਸਾਹਿਬ, ਹੋਰ ਮੇਰੇ ਮੈਂਬਰ ਜਿਹੜੇ ਵੀਰ ਹਨ ਸਾਰੇ, ਹਾਂਜੀ, ਅਤੇ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਾਹਿਬ, ਜਿਨ੍ਹਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ, ਜੋ ਤਾਬਿਆ ਬੈਠੇ ਮੇਰੇ ਵੀਰ, ਉਹ ਖਜ਼ਾਨਚੀ ਸਾਹਿਬ, ਹਾਂਜੀ, ਇਹ ਖਜ਼ਾਨਚੀ ਸਾਹਿਬ ਸਾਨੂੰ ਜ਼ਰੂਰ ਚਾਹੀਦੇ ਹਨ ਜਪੋ ਵਾਹਿਗੁਰੂ, ਕਿਉਂਕਿ ਇਹਨਾਂ ਤੋਂ ਬਗੈਰ ਅਸੀਂ ਵੀ ਅਧੂਰੇ ਹਾਂ, ਹਾਂਜੀ। ਅਤੇ ਗੁਰੂ ਸਾਹਿਬ ਕਿਰਪਾ ਕਰਨ, ਅਗਾਂਹ ਤੋਂ ਜਦੋਂ ਵੀ ਮੈਂ ਆਪ ਜੀ ਕੋਲ ਕਨੇਡਾ ਵਿਖੇ ਆਵਾਂਗਾ, ਅਤੇ ਮੈਂ ਇਸ ਟੂਰ ਦੇ ਵਿੱਚ ਸਿਰਫ ਦੋ ਸਟੇਜਾਂ ਚੁਣੀਆਂ ਹਨ, ਹੋਰ ਕਿਤੇ ਸਟੇਜ 'ਤੇ ਗੁਰੂ ਸਾਹਿਬ ਕਿਰਪਾ ਕਰਨ ਜੇ ਆਉਣ ਜਾਣ ਹੋਇਆ ਤਾਂ ਜਾਵਾਂਗਾ, ਨਹੀਂ ਤਾਂ ਕਨੇਡਾ ਦੇ ਵਿੱਚ ਸਿਰਫ ਦੋ ਸਟੇਜਾਂ, ਇੱਕ ਇੱਥੋਂ ਦੀ ਰਾਮਗੜੀਆ ਗੁਰਦੁਆਰਾ ਸਿੰਘ ਸਭਾ, ਅਤੇ ਇੱਕ ਹੈਮਿਲਟਨ, ਦੋ ਸਟੇਜਾਂ 'ਤੇ ਆਵਾਂਗੇ। ਇੱਥੇ ਆਪ ਸਭਾ ਸੰਗਤਾਂ ਕੋਲੋਂ ਕੀਰਤਨ ਦੇ ਰਾਹੀਂ ਪਿਆਰ ਲਵਾਂਗਾ ਭਾਈ। ਇਸ ਸਮੇਂ ਦੌਰਾਨ ਜਿਤਨੇ ਦਿਨ ਕੀਰਤਨ ਕੀਤਾ, ਕੋਈ ਭੁੱਲ ਚੁੱਕ ਹੋ ਗਈ ਹੋਵੇ, ਕੋਈ ਵੱਧ ਘੱਟ ਬੋਲਿਆ ਹੋਵੇ, ਤਾਂ ਮੈਂ ਮੁਆਫ਼ੀ ਮੰਗਦਾਗਾ, ਅਤੇ ਜਦੋਂ ਵੀ ਮੈਨੂੰ ਆਪ ਜੀ ਹੁਕਮ ਕਰੋ ਤਾਂ ਮੈਂ ਆਪ ਜੀ ਪਾਸ, ਅਤੇ ਜੋ ਵੀ ਸੰਗਤਾਂ ਮੇਰੇ ਕੋਲ ਗੁਰਬਾਣੀ ਸੁਣਨੀਆਂ ਚਾਹੁਣ, ਮੈਨੂੰ ਪਹਿਲੋਂ ਇੱਕ ਦਿਨ ਦੱਸ ਦਿਆ ਕਰੋ, ਮੈਂ ਆਪ ਜੀ ਦੇ ਕੋਲ ਇਸੇ ਕਰਕੇ ਹੈ ਗੁਰਬਾਣੀ ਸੁਣਾਉਣ ਵਾਸਤੇ। ਗੁਰੂ ਸਾਹਿਬ ਕਿਰਪਾ ਕਰਨ, ਜਿਤਨੇ ਮੇਰੇ ਵੀਰ ਬੈਠੇ ਹਨ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਇਸ ਤਰ੍ਹਾਂ ਇਹਨਾਂ ਦਾ ਗਰੁੱਪ ਬਣਾਈ ਰੱਖਣ, ਤਾਂ ਅਸੀਂ ਇਹਨਾਂ ਕੋਲ ਆਉਂਦੇ ਰਹੀਏ। ਫੁੱਲੀਆਂ ਫੁੱਲਾਂ ਚੁੱਕਾਂ ਦੀ ਮਾਫ਼ੀ, ਆਓ ਫਿਰ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ, ਦਾਸ ਵੀ ਬੇਨਤੀ ਕਰਦਾ ਹੈ ਕਿ ਬਹੁਤ ਜਦੋਂ ਆਏ ਪਹਿਲੀ ਵਾਰੀ ਵੈਨਕੂਵਰ ਦੇ ਵਿੱਚ, ਦਾਸ ਵੀ ਇਹਦਾ ਪਿੱਛੇ ਬੈਠੇ ਹੁੰਦਾ ਬੈਠਾ ਹੁੰਦਾ ਸੀ, ਵੈਨਕੂਵਰ ਸਰੀ ਦੀ ਗੱਲ ਹੈ, ਅਤੇ ਸਾਡਾ ਪੁਰਾਣਾ ਪਿਆਰ ਹੈ ਬਹੁਤ, ਸੋ ਮਾੜਾ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ੇ, ਇਸ ਤਰ੍ਹਾਂ ਪੰਜ ਦੀ ਸੇਵਾ ਕਰਦੇ ਹਨ। ਬੋਲੇ ਸੋਨਿਹਾਲ, ਬੋਲੇ ਸੋਨਿਹਾਲ, ਬੋਲੇ ਸੋਨਿਹਾਲ। ਮੈਂ ਹੁਣ ਬੇਨਤੀ ਹੋਰ ਕਰਾਂਗਾ, ਸਾਧ ਸਿੰਘ ਜੀ ਆਪਣੇ, ਗੁਰਵਿੰਦਰ ਸਿੰਘ ਜਿਹੜੇ ਲੰਗਰ ਸੇਵਾ ਕਰਦੇ ਹਨ ਉਹ ਵੀ ਜਾ ਰਹੇ ਹਨ, ਅਤੇ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਵੀ ਸਟੇਜ 'ਤੇ ਆ ਜਾਣ। ਸੋ ਗੁਰਿੰਦਰ ਸਿੰਘ ਜੀ ਮਹਾਰਾਜ ਕਿਰਪਾ ਕਰਨ, ਇਹਨਾਂ ਨੇ 6 ਮਹੀਨੇ ਸੇਵਾ ਕੀਤੀ ਹੈ ਅਤੇ ਜਾ ਰਹੇ ਹਨ, ਅਤੇ ਮੁੜ ਕੇ ਫਿਰ ਆਉਣਗੇ 6 ਮਹੀਨੇ ਬਾਅਦ, ਮਹਾਰਾਜ ਕਿਰਪਾ ਕਰਨ। ਬੋਲੇ ਸੋਨਿਹਾਲ, ਅਤੇ ਬਾਕੀ ਸਾਧਨ ਜੀ ਫਿਰ ਇੱਕ ਵਾਰ ਦਾਸ ਬੇਨਤੀ ਕਰਦਾ ਹੈ ਕਿ ਆਪਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ, ਗੁਰੂ ਘਰ ਆਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਇਸ ਤਰ੍ਹਾਂ ਆਪਾਂ ਸਾਰਿਆਂ ਨਾਲ ਮਿਲ ਕੇ ਗੁਰੂ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਇਸੇ ਤਰ੍ਹਾਂ ਆਪਾਂ ਜੀਵਨ ਸਫਲ ਕਰਨੇ ਹਨ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ, ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ, ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਹਾਂਜੀ, ਇੱਕ ਮਿੰਟ ਆਪਣੇ ਗੁਰਿੰਦਰ ਸਿੰਘ ਜੀ ਫਤਿਹ ਬਣਾਉਣਾ ਚਾਹੁੰਦੇ ਹਨ। ਕਾਚੇ ਪਾਂਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ, ਜੁਗ ਜੁਗ ਅਟਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਤ ਦਾ ਨਿੱਘ ਮਾਰ ਰਹੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ, ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦਾਸ ਕੋਟਨ ਕੋਟ ਧੰਨਵਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਦੇ ਸਦਕਾ ਦਾਸ ਨੂੰ ਆਪ ਸਭ ਸੰਗਤਾਂ ਦੀ ਸੇਵਾ ਕਰਨ ਦਾ ਪੰਜ ਵਾਰ ਸਮਾਂ ਪ੍ਰਾਪਤ ਹੋਇਆ ਹੈ। ਦਾਸ ਦਾ ਆਪ ਸਭ ਸੰਗਤਾਂ ਦੀ ਸੇਵਾ ਕਰਨ ਦਾ ਜੋ ਸਮਾਂ ਸੀ ਉਹ ਸਮਾਪਤ ਹੋਇਆ ਹੈ। ਦਾਸ ਫਿਰ ਸਭ ਸੰਗਤਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਹੈ। ਬਹੁਤ ਬਹੁਤ ਧੰਨਵਾਦ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਦਾਸ ਨੂੰ ਪੰਜਵੀਂ ਵਾਰ ਆਪ ਸਭ ਸੰਗਤਾਂ ਦੀ ਸੇਵਾ ਕਰਨ ਦਾ ਸਮਾਂ ਦਿੱਤਾ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਦਾਸ ਦੀ ਬੇਨਤੀ ਹੈ, ਇਹ ਗੁਰਦੁਆਰਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਇਸੇ ਤਰ੍ਹਾਂ ਹੀ ਭਾਈਚਾਰਕ ਸਾਂਝ ਗੁਣ ਬਣੀ ਰਹੇ, ਚੜ੍ਹਦੀ ਕਲਾ ਕਰੇ। ਬਹੁਤ ਬਹੁਤ ਧੰਨਵਾਦ ਹੈ, ਬਹੁਤ ਬਹੁਤ ਧੰਨਵਾਦ ਹੈ ਸਾਡੇ ਸਤਿਕਾਰਯੋਗ ਭਾਈ ਸਾਹਿਬ ਹੈੱਡ ਗ੍ਰੰਥੀ ਸਾਹਿਬ ਭਾਈ ਬਲਵੀਰ ਸਿੰਘ ਜੀ, ਭਾਈ ਦਲਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਰਾਗੀ ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ ਅਤੇ ਉਹਨਾਂ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਭਾਈ ਜਗਤਾਰ ਸਿੰਘ ਜੀ ਦਿੱਲੀ ਵਾਲੇ ਚਾਂਦਨੀ ਚੌਂਕ ਸਾਹਿਬ ਵਾਲੇ ਅਤੇ ਉਹਨਾਂ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਬਟਾਲੇ ਵਾਲੇ ਅਤੇ ਉਹਨਾਂ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਭਾਈ ਰਾਮ ਸਿੰਘ ਜੀ ਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਇਸੇ ਤਰ੍ਹਾਂ ਹੀ ਇਹਨਾਂ 'ਤੇ ਕਿਰਪਾ ਬਣਾਈ ਰੱਖਣੀ, ਇਹ ਸਭ ਆਪ ਸੰਗਤਾਂ ਦੀ ਬਾਣੀ ਦੇ ਬਾਣੇ ਨਾਲ ਜੋੜੀ ਰੱਖਣ, ਇਸੇ ਤਰ੍ਹਾਂ ਹੀ ਪੰਥ ਦੀ ਸੇਵਾ ਕਰਦੇ ਰਹਿਣ। ਅੰਤ ਵਿੱਚ ਦਾਸ ਸਮੁੱਚੀ ਐਡਮਿੰਟਨ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਦਾਸ ਨੂੰ ਇੰਨਾ ਪਿਆਰ ਦਿੱਤਾ, ਇੰਨਾ ਸੰਯੋਗ ਦਿੱਤਾ। ਦਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹੈ, ਸਮੁੱਚੀਆਂ ਐਡਮਿੰਟਨ ਦੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਪਰਮਾਤਮਾ ਖੁਸ਼ੀਆਂ ਖੇੜੇ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਬਾਣੀ ਵਾਲੇ ਨਾਲ ਜੋੜ ਰੱਖੇ। ਅੰਤ ਵਿੱਚ ਦਾਸ ਕੋਲੋਂ ਸੇਵਾ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਆਪ ਜੀ ਨੇ ਬਖਸ਼ ਲੈਣਾ। ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।